ਹਾਂ ਜੀ ਅਸਲਾਮ ਵਾਲੇਕਮ ਚਾਚਾ ਦਿਓ, ਕੀ ਹਾਲ? ਉਮੀਦ ਕਰਦਾ ਸਾਰੇ ਖੁਸ਼ ਹੋ ਸਨ। ਤੁਹਾਨੂੰ ਪਤਾ ਵਿਲਾਗ ਸ਼ੁਰੂ ਕੀਤਾ ਹੈ ਤੇ ਇੱਥੇ ਗੱਡੀ ਖੜੀ ਹੈ ਰੀਨੋ ਯਾਨੀ ਰਿਨਾਲਟ ਅਲਫੇਨੋ ਅਰਬਾ ਤਾਸ਼ ਯਾਨੀ 2014 ਮਾਡਲ ਤੇ ਇੱਕ ਬੇਲੀ ਹੈ। ਤੇ ਹੁਣ ਮੈਂ ਆਖਿਆ ਇਹਦਾ ਰਿਵਿਊ ਕਰਨਾ, ਕਾਫੀ ਦੋਸਤ ਪਿਆ ਦਿਆਣ ਬਾ ਗੱਡੀ ਜਿਹੜੀ ਹੈ ਨਾ ਉਹ ਰਿਨਾਲਟ ਦਾ ਵੀ ਨਾ ਅੱਗੇ ਰਿਨਾਲਟ ਮੇਰੇ ਖਿਆਲ ਨਾਲ 2011 ਦਾ ਕੀਤਾ ਤੇ 2014 ਮਾਸ਼ਾਲਾ ਬਹੁਤ ਖੂਬਸੂਰਤ ਹੈ। ਬਸ ਜਗ੍ਹਾ ਜਿਹੜੀ ਤੇ ਖੜੀ ਹੈ ਨਾ ਇੱਥੇ ਕੰਮ ਤੁਹਾਨੂੰ ਪਤਾ ਨਹੀਂ ਸਹੀ, ਇਹ ਨਹੀਂ ਸਹੀ ਬਾ ਮਿੱਟੀ ਘੱਟਾ ਸ਼ੀਸ਼ੇ ਥੱਲੇ ਲਾ ਲੂ ਕਿ ਮੈਂ ਤੁਹਾਨੂੰ ਸਾਰਾ ਇਹਦੇ ਵਿੱਚ ਜੋ ਜੋ ਹੈ ਨਾ ਸਿਸਟਮ ਸਾਰਾ ਦੱਸਾਂਗਾ। ਠੀਕ ਹੈ, ਚੈਨਲ 'ਤੇ ਜਿਹੜੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਸ਼ੇਅਰ। 2014 ਮਾਡਲ ਹੈ, ਠੀਕ ਹੈ, ਅਤੇ ਚਿੱਟੇ ਰੰਗ 'ਚ ਅੰਦਰੋਂ ਵੀ ਤੁਹਾਨੂੰ ਸਾਰਾ ਦੁਕਾਨਾ ਅਤੇ ਬਾਹਰੋਂ ਵੀ ਦੁਕਾਨਾ ਚਾਹੀਦਾ ਜੀ। ਤਾਂ ਜਨਾਬ ਸਭ ਨਾਲ ਪਹਿਲਾਂ ਆ ਗਏ ਹਾਂ ਸਟੇਅਰਿੰਗ 'ਤੇ। ਸਟੇਅਰਿੰਗ ਉੱਤੇ ਵੀ ਬਟਨ ਨੇ, ਐਡਜਸਟ ਕਰਨ ਵਾਲੇ ਟੇਪ ਨੂੰ ਵੀ ਐਡਜਸਟ ਕਰ ਸਕਦੇ ਹੋ, ਰੇਸ ਬੰਨ ਸਕਦੇ ਹੋ, ਬਾਕੀ ਮੈਨੀਓ ਕੰਪਿਊਟਰ ਸਾਰਾ ਚਲਾ ਸਕਦੇ ਹੋ। ਉਸ ਤੋਂ ਬਾਅਦ ਜਨਾਬ ਇਹ ਜਿਹੜੀ ਕਿੱਲੀ ਹੈ ਨਾ ਇਹ ਸਟੋਪਰ ਦੀ ਹੈ। ਉਸ ਤੋਂ ਬਾਅਦ ਗੇਅਰ ਦਾ ਮੈਂ ਤੁਹਾਨੂੰ ਅੱਗੇ ਦੱਸਿਆ ਜਿਹੜੇ ਪੁਰਾਣੇ ਮਾਡਲ ਦਾ ਸਿਸਟਮ ਆਈ ਨਾ ਇਹ ਗੇਅਰ ਦੀ ਹੈ, ਸੇਮ ਹੀ ਹੋਈ ਗੇਅਰ ਆਟੋ ਯਾਨੀ ਇਹਨੂੰ ਪੁਸ਼ ਕਰਕੇ ਹੈਗਾ ਅਤੇ ਇਹ ਵੇਖੋ ਨਾ ਇਹ ਨਗਾਂ ਕਰਨਾ ਯਾਨੀ ਇਸ ਤਰ੍ਹਾਂ ਫਿਰਨਾ ਅਤੇ ਗੇਅਰ ਲੱਗ ਜਾਣਾ ਅਤੇ ਇਹਨੂੰ ਦੁਬਾਰਾ ਪਿਛਾਂ ਕਰਕੇ ਅਤੇ ਪਿਛਾਂ ਫਿਰਨਾ ਅਤੇ ਰਿਵਰਸ ਲੱਗ ਜਾਣਾ। ਠੀਕ ਹੈ, ਬਾਕੀ ਇਸ ਸਾਈਡ 'ਤੇ ਜਿਹੜੀ ਕਿੱਲੀ ਹੈ ਨਾ ਉਹਦੇ ਤੋਂ ਜਨਾਬ ਵੈਪਰ ਵੈਪਰ ਅਤੇ ਇਸ਼ਾਰੇ ਯਾਨੀ ਲੈਫਟ ਰਾਈਟ, ਬਾਕੀ ਇਹ ਬਟਨ ਇਹਦੇ ਨਾਲ ਤੁਸੀਂ ਲਾਈਟਸ ਆਨ ਕਰ ਲੈਂਦੇ ਹੋ। ਇਹ ਤੁਹਾਨੂੰ ਜਨਾਬ ਪੱਖਾ ਲੱਭ ਜਾਂਦਾ ਬਾਰੀ ਵਿੱਚ ਏ ਸੀ ਵਾਲਾ, ਬਾਕੀ ਸ਼ੀਸ਼ਿਆਂ ਨੂੰ ਤਾਂ ਹੇਠਾਂ ਕਰਨ ਵਾਲੇ ਇਹ ਬਟਨ ਨੇ, ਇਹ ਜਿਹੜਾ ਮਿਰਰ ਨੇ ਸਾਈਡ ਵਾਲੇ ਇਹਨਾਂ ਨੂੰ ਐਡਜਸਟ ਕਰਨ ਵਾਸਤੇ ਇਹ ਜਨਾਬ ਬਟਨ ਨੂੰ ਲਾਏ ਆ। ਠੀਕ ਹੈ, ਤੁਹਾਨੂੰ ਸਟਾਰਟ ਕਰਕੇ ਵੀ ਦੁਕਾਨਿਆਂ ਪਹਿਲਾਂ ਸਾਰਾ ਕੋਈ ਵੇਖ ਲਓ। ਇਹ ਬਟਨਸ ਨੇ ਇਹ ਡਬਲ ਵਾਲਾ, ਇਹ ਟਰਾਲੇ ਦੀ ਬ੍ਰੇਕ ਵਾਲਾ, ਬਾਕੀ ਜਨਾਬ ਇਹ ਲੋਕ ਕਰਨ ਵਾਲਾ, ਇਹ ਜਿਹੜਾ ਕੈਬਨ ਵਿੱਚ ਲਾਈਟਸ ਵਗੈਰਾ, ਇਹ ਜਿਹੜਾ ਨਾ ਇਹ ਲਿਖਿਆ ਵੇਖੋ ਨਾ ਸਪੀਡ ਮੂਡ ਯਾਨੀ ਇੱਥੋਂ ਤੁਸੀਂ ਸਪੀਡ ਐਡਜਸਟ ਕਰ ਸਕਦੇ ਹੋ ਜਿੱਥੇ ਤੁਹਾਡੀ ਮਰਜ਼ੀ ਹੋਵੇ ਬੰਨ ਸਕਦੇ ਹੋ। ਬਾਕੀ ਸਭ ਨਾਲ ਪਿਆਰੀ ਚੀਜ਼ ਦੇ ਵਿੱਚ ਹੈਂਡ ਬ੍ਰੇਕ, ਉਹ ਨਹੀਂ ਹੈਂਡ ਬ੍ਰੇਕ, ਦਿਸ ਇਜ਼ ਅ ਹੈਂਡ ਬ੍ਰੇਕ, ਇਹਨੂੰ ਤੁਸੀਂ ਪੁਸ਼ ਕਰਨਾ, ਇੰਝ ਗੱਲ ਪੁਸ਼ ਕਰਨਾ ਅਤੇ ਬ੍ਰੇਕ ਲੱਗ ਜਾਣੀ ਹੈ ਅਤੇ ਪੁਸ਼ ਕਰਨਾ ਅਤੇ ਬ੍ਰੇਕ ਹੈ ਜਨਾਬ ਛੱਡ ਦੇਣੀ। ਬਾਕੀ ਇੰਸਟਾਲ ਨੇ ਫੈਨ ਇੱਕ ਦੋ ਏ ਅਤੇ ਇਹ ਬਾਕੀ ਸਪੇਸ ਹੈ, ਇਹ ਵੀ ਟੂਲ ਹੈ ਵੀ ਕੋਈ ਚੀਜ਼ ਰੱਖ ਸਕਦੇ ਹੋ, ਇੱਕ ਦੋ ਅਤੇ ਦੋ ਇਹਦੇ ਵਿੱਚ ਲੱਗੇ ਨੇ ਚਾਰੇ ਜਿਹੜੇ 24 ਵੋਲਟ ਵੀ ਅਤੇ 12 ਵੋਲਟ ਵੀ। ਬਾਕੀ ਇਹ ਸਿਰਗਟ ਵਾਸਤੇ ਸਿਸਟਮ ਸਾਰਾ, ਇੰਝ ਕਰਕੇ ਤੁਸੀਂ ਇਹਨੂੰ ਬੰਦ ਕਰ ਸਕਦੇ ਹੋ। ਬਾਕੀ ਇਹ ਵੀ ਥੱਲੇ ਸਪੇਸ ਹੈ ਜੇ ਤੁਸੀਂ ਉਸ ਸਾਈਡ 'ਤੇ ਆਉਂਦੇ ਹੋ, ਇੱਕ ਹੈ ਤੁਹਾਨੂੰ ਇੱਥੇ ਵੀ ਲਾਭ ਜਾਂਦਾ 24 ਵੋਲਟ ਦਾ। ਇਹ ਉਸ ਤੋਂ ਜੀ ਖੋਲਿਆ, ਇਹ ਵੀ ਮਾਸ਼ਾਲਾ ਇਹਦੇ ਵਿੱਚ ਟੇਪ ਹੈ, ਇਹ ਟੇਪ ਵੀ ਇਹਦੇ ਵਿੱਚ ਅਤੇ ਟੇਪ ਇੱਕ ਉੱਤੇ ਵੀ ਲੱਗੀ ਹੈ। ਬਾਕੀ ਇਹ ਕੀ ਹੈ, ਇਹ ਵੀ ਯਾਨੀ ਟੂਲ ਹੀ ਹੈ ਵਿੱਚ ਕੋਈ ਚੀਜ਼ ਤੁਸੀਂ ਰੱਖ ਸਕਦੇ ਹੋ। ਬਾਕੀ ਉਸ ਸਾਈਡ 'ਤੇ ਸੇਮ ਚੀਜ਼ਾਂ ਨੇ, ਉਹ ਪੱਖਾ ਬਾਰੀ ਵਿੱਚ, ਬਾਕੀ ਉਹ ਥੱਲੜੇ ਪਾਸੇ ਬਟਨ ਨੇ ਸ਼ੀਸ਼ੇ ਨੂੰ ਤਾਂ ਕਰਨ ਵਾਸਤੇ, ਮਿਰਰ ਨੂੰ ਐਡਜਸਟ ਕਰਨ ਵਾਸਤੇ ਵੀ, ਅਤੇ ਬਾਕੀ ਇਹ ਤੁਸੀਂ ਓਵਰਆਲ ਇਹਦਾ ਡੈਸ਼ਬੋਰਡ ਵੇਖ ਲਓ। ਬਾਕੀ ਬੈਕ ਤੋਂ ਜਵਾਨ ਨੇ ਬੜੀ ਪੋਸ਼ਿੰਗ ਕਰਾਈ ਹੈ ਸਾਰਾ ਕੁਝ, ਔਰ ਮੋਡਸ ਹੈ ਜਿਹੜਾ ਬਲੂਨ ਨੂੰ ਤਾਂ ਹੇਠਾਂ ਕਰਨਾ, ਇਹ ਖੋਲ੍ਹਣ ਵਾਲਾ ਠੀਕ ਹੈ, ਸਨ ਰੂਫ ਖੋਲ੍ਹਣ ਵਾਸਤੇ ਉਹ ਰਿਮੋਟ ਇਹਦੇ ਵਿੱਚ ਅਵੇਲੇਬਲ ਹੈ। ਬਾਕੀ ਜਨਾਬ ਡਬਲ ਬੈੱਡ ਇੰਸਟਾਲ ਹੈ। ਉਸ ਤੋਂ ਬਾਅਦ ਜਨਾਬ ਲਾਈਟਸ ਜਿਸ ਤਰ੍ਹਾਂ ਵਾਲਵੋ ਦੀਆਂ ਨੇ ਨਾ ਬੈਂਡ ਆਉਂਦੀਆਂ ਨੇ, ਉਹ ਇਸ ਸਾਈਡ 'ਤੇ ਵੀ ਇਹ ਵੇਖੋ ਨਾ ਲਾਈਟਸ, ਇੱਥੋਂ ਤੁਸੀਂ ਪੁਸ਼ ਕਰੋ ਦੇ ਅਤੇ ਜਨਾਬ ਸ਼ੋਵਲ ਕਰਨ ਦੀ ਹੈ। ਬਾਕੀ ਤੁਸੀਂ ਸਨ ਰੂਫ ਵੇਖ ਲਓ, ਉੱਤੇ ਵੀ ਲਾਈਟਸ ਕੇਬਨ ਵਿੱਚ ਨੇ, ਬਾਕੀ ਬੈੱਡ ਵਾਹ ਵਾਹ ਖੁੱਲ੍ਹਾ ਹੈ ਠੀਕ ਹੈ। ਇਹ ਵੀ ਟੂਲ ਹੈ ਕਿ ਉਂਝ ਹੀ ਹੈ, ਫਰਿੱਜ ਹੈ ਮਾਸ਼ਾਲਾ, ਇੰਟਰਕੂਲਰ ਯਾਨੀ ਫਰਿੱਜ ਦੇ ਵਿੱਚ ਇੰਸਟਾਲ ਹੈ ਮਾਸ਼ਾਲਾ, ਸਾਰਿਆਂ ਨਾਲ ਵੱਡੀ ਸਹੂਲਤ ਆ। ਇਹ ਗੱਡੀ ਬੰਦ ਵੀ ਹੋਵੇ ਤਾਂ ਤੁਹਾਡਾ ਪਾਣੀ ਠੰਡਾ ਜਾਂ ਕੋਈ ਚੀਜ਼ ਤੁਹਾਨੂੰ ਠੰਡੀ ਜਿਹੀ ਲੱਭ ਸਕਦੀ ਹੈ ਠੀਕ ਹੈ। ਇਹ ਵੇਖ ਲਓ, ਬਾਕੀ ਮੈਂ ਥੋੜ੍ਹਾ ਉਤਾਂਹ ਜਾ ਕੇ ਅਤੇ ਤੁਹਾਨੂੰ ਤਕਾਂਦਾ ਜੇ ਇਹਦੇ 'ਚ ਸਪੇਸ ਉਤਾਂਹ, ਉਤਾਂਹ ਵੀ ਟੂਲ ਤੁਹਾਨੂੰ ਲੱਭ ਜਾਂਦੇ ਨੇ, ਇੱਕ ਦੋ ਇਸ ਸਾਈਡ 'ਤੇ ਅਤੇ ਦੋ ਇਸ ਸਾਈਡ 'ਤੇ, ਜਿਹਦੇ ਵਿੱਚ ਇੱਕ ਕੰਪਿਊਟਰ ਜੇ, ਇੱਕ ਟੇਪ ਹੈ, ਬਾਕੀ ਉਹ ਤਾਂ ਸੇਫਟੀ ਵਾਲੇ ਬਟਨ ਸ਼ਟਨ ਲਵਾਏ ਨਾ, ਐਕਸਟਰਾ ਕੋਈ ਵੀ ਲਾ ਸਕਦੇ ਹੋ। ਬਾਅਦ 'ਚ ਇਹ ਤੁਹਾਨੂੰ ਚਾਬੀ ਵਾਲਾ ਲੋਕ ਲਾਭ ਜੇ ਦਾ,
ਇਹ ਵੀ ਤੁਸੀਂ ਓਪਨ ਕਰਕੇ ਇਹਦੇ ਵਿੱਚ ਵੀ ਕੋਈ ਚੀਜ਼ ਰੱਖ ਸਕਦੇ ਹੋ। ਮੈਂ ਜਲਦੀ ਜਲਦੀ ਵੀ ਤਾਂ ਪੈਦਾ ਸੁਣਾ ਵਾਂਦਰ, ਬਹੁਤ ਜ਼ਿਆਦਾ ਗਰਮੀ ਹੈ ਤਾਂ ਹੁਣ ਮਾਰਨ ਲੱਗਿਆ ਸਲਫ, ਤਾਂ ਸਲਫ ਮਾਰ ਕੇ ਤਾਂ ਮੀਟਰ ਦੇ ਵਿੱਚ ਕਰਨੇ ਆ ਕੀ ਸੂਰਤ ਹਾਲ ਹੈ, ਉਸ ਤੋਂ ਬਾਅਦ ਬਾਕੀ ਬਾਹਰ ਚੱਲਾਂ ਦੇ। ਓਵਰਆਲ ਇੱਕ ਵਾਰੀ ਵੇਖ ਲਓ ਸਾਰਾ, ਇਹ ਸਨ ਰੂਫ ਓਪਨ ਕਰਨੇ ਵਾਸਤੇ, ਬਾਕੀ ਸੀਟਸ ਇਹ ਵੇਖੋ, ਟੇਕ ਲਾਉਣੇ ਵਾਸਤੇ ਇਹ ਵੀ ਹੈ, ਸੀਟਸ ਵੀ ਜਨਾਬ ਬਹੁਤ ਕੰਫਰਟੇਬਲ ਲੱਗੀਆਂ ਨੇ। ਠੀਕ ਹੈ, ਹੁਣੇ ਤੁਹਾਨੂੰ ਮਾਰਦੇ ਹਾਂ ਸਲਫ ਅਤੇ ਤੁਹਾਨੂੰ ਤਕਾਨੇ ਹਾਂ। ਇਹ ਜਨਾਬ ਮਾਰਨ ਲੱਗੀਆਂ ਸਲਫ ਜਨਾਬ, ਇਹ ਜਨਾਬ ਵੇਖੋ ਸਲਫ, ਇਹ ਉੱਤੇ ਸਪੀਡੋ ਮੀਟਰ ਹੈ, ਬਹੁਤ ਜਦੀਦ ਨਿਜ਼ਾਮ ਹੈ, ਲੱਗੀ ਆ ਜਦੀਦ ਹੈ। ਅਤੇ ਇਹ ਗੇਅਰ ਬੋਕਸ, ਗੇਅਰ ਚੇਂਜ ਨਾਟ ਅਲਾਊਡ, ਯਾਨੀ ਜੇ ਹਵਾ ਆ ਰਹੀ ਤਾਂ ਉਸ ਤੋਂ ਬਾਅਦ ਗੇਅਰ ਚੇਂਜ ਹੋਣਾ ਹੈ। ਇਹ ਤੁਹਾਨੂੰ ਸਪੀਡੋ ਮੀਟਰ ਲੱਭ ਜਾਂਦਾ ਜੇ ਕਿ ਅੰਪੇਅਰ ਹੈ, ਸੋਰੀ ਅੰਪੇਅਰ 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 ਜਿੰਨਾ 15 ਤਿਆ ਵੇਖੋ ਨਾ, ਰੈੱਡ ਗ੍ਰੀਨ ਨਿਸ਼ਾਨ ਨੇ, ਇੱਥੇ ਤੁਹਾਡੀ ਤੁਸੀਂ ਚਲਾ ਸਕਦੇ ਹੋ, ਅੰਪੇਅਰ ਰੱਖ ਸਕਦੇ ਹੋ। ਬਾਕੀ ਇੰਡੀਕੇਟਰ ਵਾਸਤੇ ਰਾਈਟ ਲੈਫਟ ਦਾ, ਇਹ ਸਟੋਪ ਹੈ, ਜਿਸ ਹਵਾ ਪੂਰੀ ਹੋ ਜਾਵੇ ਵੇਖੋ ਨਾ ਪ੍ਰੈਸ਼ਰ ਦੇ ਆ ਕੇ ਨੱਗੇ, ਤੁਹਾਨੂੰ ਆਵਾਜ਼ ਗੱਡੀ ਦਾ ਦਿਸਦਾ ਪਿਆਉਣਾ, ਆਵਾਜ਼ ਸਾਊਂਡ ਜ਼ਿਆਦਾ, ਜਿਸ ਟਾਈਮ ਸਾਊਂਡ ਹਵਾ ਪੂਰੀ ਹੋ ਜਾਏਗੀ ਨਾ ਪ੍ਰੈਸ਼ਰ, ਉਸ ਟਾਈਮ ਸਾਊਂਡ ਆਟੋਮੈਟਿਕ। ਇਹ ਵੇਖਿਆ ਹੁਣ ਮੇਰੀ ਸੀਟ ਐਡਜਸਟ ਹੋ ਗਈ, ਉਤਾਂ ਜਾ ਰਹੀ ਹੈ। ਠੀਕ ਹੈ, ਇਹ ਫਿਊਲ ਦੇ ਨੇ, ਕਾਫੀ ਸਿਸਟਮ ਜ਼ਿਆਦਾ, ਬੈਟਰੀ 28.4 ਇਹ ਕਿਲੋਮੀਟਰ ਕਿਤਨਾ ਚੱਲੀ ਹੈ। ਇਹ ਸਾਈਡ 'ਤੇ ਤੁਹਾਨੂੰ ਡੀਜ਼ਲ ਵਾਲੀ ਦਿਸ ਜਾਂਦੀ ਹੈ, ਇਹ ਜਨਾਬ ਤੋਂ ਨਰਾਰੇ ਵਾਲੀ ਹੈ, ਅਤੇ ਇਹ ਟਰਬੋ ਵਾਲੀ ਹੈ। ਠੀਕ ਹੈ, ਬਾਕੀ ਇਹ ਸੀਟ ਬੈਲਟ ਅਤੇ ਬਾਕੀ ਪਾਰਕਿੰਗ ਲੱਗੀ ਹੈ, ਇਹਦੀ ਵਜ੍ਹਾ ਤੋਂ ਇਹ ਸਾਰਾ ਕੁਝ ਜਨਾਬ ਇਹਦੇ ਵਿੱਚ ਮੌਜੂਦ ਹੈ। ਇਹ ਕਿਉਂਕਿ 2014 ਮਾਡਲ ਜੇ, 2014 ਮਾਡਲ, ਅਤੇ ਇਹਦੇ ਵਿੱਚ ਇਹ ਲੋਕ ਹੈ, ਇਹ ਲੋਕ ਨੂੰ ਜਿਸੇ ਤੁਸੀਂ ਓਪਨ ਕਰਨਾ ਨਾ, ਇੱਥੋਂ ਅੰਜ ਕਰਨਾ ਅਤੇ ਓਪਨ ਹੋ ਜਾਣਾ, ਇੱਥੋਂ ਥੱਲੇ ਪੁਸ਼ ਕਰਨਾ ਤਾਂ ਸਾਥ ਦੋਵੇਂ ਲਾਕ ਹੋ ਜਾਣੇ ਨੇ। ਬਾਕੀ ਜਨਾਬ ਓਵਰਆਲ ਤੁਹਾਨੂੰ ਤਕਾ ਛੜਿਆ, ਮਿਰਰ ਵੀ ਜਨਾਬ ਅੱਗੇ ਨਾਲੋਂ ਹੁਣ ਮਾਡਲ ਨਾਲੋਂ ਯਾਨੀ ਅੱਛੇ ਕਰਕੇ ਲਾਇਆ ਨਾ। ਬਾਕੀ ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਹੈ, ਇਹ ਵੇਖੋ ਨਾ, ਇਹ ਕੋ ਦਿਓਸ਼ੋਂ ਇੱਦੋਂ ਪਾਉਂਦਾ ਹੋਵੇ ਅਤੇ ਨਾ ਜਨਾਬ ਤੁਸੀਂ ਉਹ ਤਾਂ ਕਰ ਸਕਦੇ ਹੋ। ਬਾਕੀ ਫਰੰਟ 'ਤੇ ਵੀ ਨੇ ਪੂਰਾ ਆ, ਵੇਖੋ ਨਾ, ਇਹ ਓਪਨ ਇੱਥੋਂ ਹੋਣਾ, ਇਹ ਐਨ ਕਰਨਾ ਤੂੰ ਤਾਂ ਹੋ ਜਾਣਾ, ਇਹਨੇ ਉਂਝ ਉਤਾਂ ਹੋਣਾ, ਐਨ ਜਨਾਬ ਉਂਝ ਹੀ ਮੇਰੇ ਖਿਆਲ ਨਾਲ ਉਤਾਂ ਹੋਣਾ। ਵੇਖਿਆ ਹੋ ਗਿਆ, ਇਹ ਵੇਖ ਲਓ ਜਿਹੜੇ ਨੇ ਝਾਲਰਾਂ ਛਾਲਰਾਂ ਵੀ ਲਾਈਆਂ ਨਾ, ਪਾਕਿਸਤਾਨੀ ਇਹਦੇ ਸ਼ੌਕ 'ਤੇ ਹੁੰਦੇ ਨੇ ਨਾ। ਠੀਕ ਹੈ, ਇਹ ਏ ਸੀ ਦਾ, ਸੋਰੀ ਤੁਹਾਨੂੰ ਦੱਸੀ ਨਹੀਂ, ਇਹ ਜਿਤਨੀ ਵਾਰੀ ਜਿਤਨੇ ਨੰਬਰ 'ਤੇ ਕਰਨਾ ਨਾ ਉਹ ਹਿਸਾਬ ਨਾਲ ਪੁਸ਼ ਕਰਨਾ ਅਤੇ ਏ ਸੀ ਔਨ ਹੋ ਜਾਣਾ। ਇਹ ਵੇਖਿਆ ਏ ਸੀ, ਇਹਦੇ ਜਗੋ ਕੋਈ ਪੈਰਾਂ 'ਚ ਹਵਾ ਮਾਰਨੀ ਹੈ, ਕੋਈ ਸਿੱਧੀ ਮਾਰਨੀ ਹੈ, ਕੋਈ ਉਤਾਂ ਮਾਰਨੀ ਹੈ, ਸਾਰਾ ਕੁਝ ਇਹਦੇ 'ਚ, ਯਾਨੀ ਇਹ ਟੋਟਲ ਏ ਸੀ ਦਾ, ਇਹ ਟੋਟਲ ਸਪੀਡ ਫਿਕਸ ਦਾ, ਇਹ ਹੈਂਡ ਬ੍ਰੇਕ ਦਾ, ਇਹ ਬਾਕੀ ਬਟਨਸ ਜਿਹੜੇ ਐਕਸਟਰਾ ਬਟਨ ਨੇ ਉਹ ਨੇ। ਬਾਕੀ ਜਨਾਬ ਇਹਦੀ ਮੈਂ ਤੁਹਾਨੂੰ ਕੀ ਤਕਾਣੀ ਹੈ, ਕੀ ਹੁਣ ਗੱਡੀ ਲਾ ਛੜੀ ਹੈ, ਰਿਮੋਟ ਕੀ ਹੈ, ਸਹੀ ਹੈ, ਇਹ ਵੇਖ ਲਓ ਰਿਮੋਟ ਕੀ ਹੈ, ਬਾਕੀ ਰੇਨਾਲਡ ਦਾ ਨਿਸ਼ਾਨ ਹੈ। ਬਾਕੀ ਹੁਣ ਬਾਹਰ ਨਿਕਲ ਕੇ ਅਤੇ ਤੁਹਾਨੂੰ ਉਹ ਵੀ ਤਕਾਨੇ ਆ, ਬਾਹਰੋਂ ਖੂਬਸੂਰਤ ਹੈ ਕਿ ਹਿਸਾਬ ਨਾਲ ਅਤੇ ਕੀ ਦੇ ਵਿੱਚ ਇੰਸਟਾਲ ਹੈ। ਠੀਕ ਹੈ, ਇਹ ਵੇਖ ਲਓ, ਮਿਹਨਤ ਪੋਸ਼ਣ ਜਵਾਨ ਦੀ ਬੜੀ ਪਸੰਦ ਆਈ ਹੈ, ਉੱਤੋਂ ਖੋਲਿਆ ਉਤਲਾ ਖੋਲਿਆ, ਬਾਕੀ ਹੈ ਡਬਲ ਬੈਡ ਤੁਹਾਨੂੰ ਅੱਗੇ ਦੱਸਿਆ ਇਹਦੇ ਵਿੱਚ ਹੈ। ਇਹ ਵੇਖਿਆ ਬੰਦ ਕੀਤਾ ਜਵਾਨ ਨੇ ਤੇ ਜੇ ਹੋ ਗਿਆ ਬੰਦ, ਹੁਣ ਤਕਾਨੇ ਆ ਬਾਹਰੋਂ ਆ ਜਾਓ ਤੇ ਜਨਾਬ ਚਲੀਏ ਹੁਣ ਬਾਹਰ, ਤੇ ਬਾਹਰੋਂ ਮੈਂ ਤੁਹਾਨੂੰ ਤਕਾਵਾਂ, ਜਾਣੇ ਤੇ ਦਿਲ ਨਹੀਂ ਪਿਆ ਕਰਦਾ ਜਿਤਨੀ ਮਿੱਟੀ ਹੈ। ਬਾਕੀ ਆ ਸੀਟ ਤੇ ਫਲੈਕਸੀਬਲ ਹੈ, ਯਾਨੀ ਬਹੁਤ ਐਡਜਸਟਮੈਂਟ ਕਰਨੇ ਵਾਲਾ ਸਿਸਟਮ ਹੈ। ਠੀਕ ਹੈ,
ਜਨਾਬ ਇੱਥੇ ਕੱਚੇ ਵਿੱਚ ਹਾਲ ਕੋਈ ਨਹੀਂ ਨਾ, ਤੇ ਤਾਂ ਇੰਜ ਇਹ ਵੇਖ ਲਓ ਠੀਕ ਹੈ। ਸਭ ਨਾਲ ਪਹਿਲਾਂ ਫਰੰਟ 'ਤੇ ਆ ਜਾਓ। ਫਰੰਟ 'ਤੇ ਜਨਾਬ ਇਹਨਾਂ ਆਪਣਾ ਹੈ ਲੋਗੋ ਦਿੱਤੇ ਹੈ ਰੀਨੋ ਦਾ, ਇਹ ਜਿਹੜਾ ਹੈ ਇਹ ਸਾਹਮਣੇ ਇਹ ਠੀਕ ਹੈ। ਬਾਕੀ ਜਨਾਬ ਇਹਦੇ ਸ਼ਾਖ ਨੇ, ਸ਼ਾਖ ਨੇ ਬੈਲੂਨ ਨੇ, ਸ਼ਾਖ ਨੇ ਠੀਕ ਹੈ। ਅਤੇ ਜਵਾਨ ਬਾਹਰ ਆਉਂਦਾ ਤੁਹਾਨੂੰ ਆਹ ਨਾ ਬੋਨਟ ਓਪਨ ਕਰ ਦਿੱਤਾ। ਬਾਕੀ ਇਹ ਲਾਈਟਸ ਨੇ, ਇਹ ਵੇਖ ਲਓ ਬਹੁਤ ਵੱਡੀਆਂ ਲਾਈਟਸ ਨੇ। ਬਾਕੀ ਜਨਾਬ ਸਾਈਡ ਵਾਲੇ ਇਸ਼ਾਰੇ ਨੇ, ਅਤੇ ਇਹ ਜਿਹੜੀ ਥੱਲੇ ਉਹ ਜਿਹੜੀ ਸਪੇਅਰ ਲਾਈਟ ਹੁੰਦੀ ਉਹ ਹੈ। ਬਾਕੀ ਮਿਰਰ ਤੁਹਾਨੂੰ ਅੱਗੇ ਤੱਕ ਆ ਛੱਡੇ ਨੇ ਸ਼ਮਸੀਆ, ਅਤੇ ਉਹ ਸਾਹਮਣੇ ਮਿਰਰ ਇੰਸਟਾਲ ਹੈ ਉੱਤੇ ਜਿਹੜਾ, ਉਹ ਤੁਸੀਂ ਅੱਗੋਂ ਵੇਖਣਾ ਹੋਵੇ ਥੱਲੇ ਵਾ ਕੋਈ ਚੀਜ਼ ਉਹ ਤੁਹਾਨੂੰ ਸ਼ੀਸ਼ਾ ਦੱਸ ਸਕਦਾ, ਲੇਕਿਨ ਵਾਲਵੋ ਵਿੱਚ ਲੱਗੇ ਹੈ ਠੀਕ ਹੈ। ਬਾਕੀ ਮਾਸ਼ਾਅੱਲਾ ਕਿਤਨਾ ਪਿਆਰਾ ਹੈਂਡਲ ਸਿਸਟਮ ਬਣੇ ਹੈ, ਅਤੇ ਸ਼ੇਪ ਤੁਸੀਂ ਵੇਖ ਲਓ, ਇੱਕ ਦੋ ਤਿੰਨ ਪੌੜੀਆਂ ਨੇ, ਇਹ ਸਾਈਡ ਵਾਲੇ ਇਸ਼ਾਰੇ ਨੇ। ਬਾਕੀ ਬੈਡ ਸਾਈਡ 'ਤੇ ਜਨਾਬ ਸੇਫਟੀਆਂ ਨੇ, ਇਹ ਐਡ ਬਲੂ ਹੈ, ਇਹਦੇ ਵਿੱਚ ਬੈਟਰੀਆਂ ਨੇ ਸਹੀ ਹੈ, ਇੱਕ ਅਗਾਂ ਹੈ ਇੱਕ ਪਿੱਛੇ ਹੈ। ਬਾਕੀ ਜਨਾਬ ਆਟੋ ਗੇਅਰ ਹੈ, ਫਿਲਟਰ ਸੇਮ ਵਾਲਵੋ ਆ ਰਹੇ, ਸਲੰਸਰ ਜਨਾਬ ਨੇ ਉੱਦਾਂ ਕਢਾਏ ਹੈ, ਇਹ ਜਨਾਬ ਮੋਟਰ ਬੋਆਲਾ ਸਿਸਟਮ ਹੈ। ਬਾਕੀ ਓਵਰਆਲ ਸੇਮ ਹੀ ਹੈ। ਬੈਕ ਸਾਈਡ ਤੋਂ ਤੁਹਾਨੂੰ ਵਿਖਾ ਛੱਡਾਂ, 315 ਦੇ ਟਾਇਰ ਨੇ, ਲਾਈਟਸ ਜਨਾਬ ਇਹਨਾਂ ਮਾਡੀ ਗਾਰਡ ਸੇਮ ਵਾਲਵੋ ਆਰ ਦੇ, ਇੱਕ ਪਿਛਾ ਮੇਨ ਟੈਂਕ ਵੀ ਲੱਗਿਆ ਉਹ ਵੇਖੋ ਨਾ ਥੱਲੇ ਹੈ, ਵੇਖੋ ਤਕਰੀਬਨ ਟੈਂਕੀ ਉਹ ਸਾਈਡ 'ਤੇ ਟੈਂਕੀ ਹੈ ਡੀਜ਼ਲ ਵਾਲੀ, ਤਕਰੀਬਨ 700 ਦੀ ਟੈਂਕੀ ਵਿੱਚ ਇੰਸਟਾਲ ਇਹਦੇ ਵਿੱਚ। ਬਾਕੀ ਇਹ ਹੀ ਹੁੰਦਾ ਸਾਰਾ ਗੱਡੀ ਵਿੱਚ। ਬਾਕੀ ਜਨਾਬ 6 ਸਿਲੰਡਰ ਹੈ, ਇਹ ਵਜ਼ਨ ਹੈ 7000 ਕਿਲੋ, ਅਤੇ ਖਾਲੀ ਦਾ ਲੋਡ 35 ਯਾਨੀ 35 ਟਨ ਥੋੜ੍ਹੀ ਕਰ ਸਕਦੇ ਹੋ, ਅਤੇ ਅੱਧਾ ਦਲ ਰਕਾਬ ਯਾਨੀ ਦੋ ਬੰਦੇ ਇਹਦੇ ਬਹਿ ਸਕਦੇ ਹੋ, ਸਵਾ ਡਰਾਈਵਰ ਦੇ ਨਾਲ ਹੀ ਸਹੀ ਹੈ। ਬਾਕੀ ਜਨਾਬ ਰਿਨਾਲਡ ਟਰੱਕ T460 ਪਾਵਰ ਇਹਦੀ ਜਨਾਬ 460 ਹੈ। ਕੈਬਨ ਵੇਖੋ ਅੱਗੇ ਜਨਾਬ 315 ਦੇ ਟਾਇਰ, 385 ਦੇ ਟਾਇਰ ਇੰਸਟਾਲ ਨੇ, 385 ਦੇ। ਬਾਕੀ ਓਵਰਆਲ ਇੱਕ ਵਾਰੀ ਦੀ ਲੁੱਕ ਵੇਖ ਲਓ ਤੁਸੀਂ, ਬਾਕੀ ਜਨਾਬ ਇਹਦਾ ਬੋਨਟ ਓਪਨ ਕਰਨੇ ਆ, ਇਹ ਥੱਲੇ ਪਾਸੇ ਇਹ ਵੇਖੋ ਨਾ ਇਹ ਬਟ ਇਹ ਲੱਗਿਆ ਇੱਕ ਕਲੰਪ ਜਿਹਾ, ਇਹ ਤੁਸੀਂ ਪੁਸ਼ ਕਰਨਾ ਤੇ ਜਨਾਬ ਬੋਨਟ ਇਹਦਾ ਓਪਨ ਹੋ ਜਾਣਾ ਠੀਕ ਹੈ। ਵਾਹ ਵਾਹ ਵੱਡੀ ਟੈਂਕੀ ਲੱਗੀ ਜੇ ਪਾਣੀ ਵਾਸਤੇ, ਜਿਹੜੀ ਉਤਲੇ ਪਾਸੇ ਹੁੰਦੀ ਹੈ ਇੱਥੋਂ ਪਾਣੀ ਪਾਈਦਾ। ਬਾਕੀ ਇਹ ਏਸੀ ਸਿਲੰਡਰ ਲੱਗਿਆ ਜੇ ਤੁਹਾਨੂੰ ਦੱਸਿਆ, ਇਹਦੇ ਵਿੱਚ ਸ਼ਾਖ ਨੇ ਠੀਕ ਹੈ। ਬਾਕੀ ਇਹ ਬਲਫ ਨੇ, ਇਹਦੇ ਵਿੱਚ ਜਨਾਬ ਤੁਸੀਂ ਪਾਣੀ ਪਾ ਸਕਦੇ ਹੋ ਜਿਹੜਾ ਵੈਪਰਾਂ ਵਾਲਾ ਪਾਣੀ ਹੁੰਦਾ ਠੀਕ ਹੈ। ਇਹਦੇ ਵਿੱਚ ਇੰਜਨ ਆਇਲ ਸਹੀ ਹੈ, ਇੰਜਨ ਆਇਲ ਦਾ ਇੱਥੋਂ ਇੰਜਨ ਆਇਲ ਪਾਉਣਾ, ਵਾਲਵੋ ਵਿੱਚ ਫਰੰਟ 'ਤੇ ਹੁੰਦਾ ਇਹਦਾ, ਇੱਥੇ ਇੰਜਨ ਆਇਲ ਹੈ ਠੀਕ ਹੈ। ਬਾਕੀ ਇਹ ਸੇਮ ਚੀਜ਼ ਸਾਰਾ ਕੁਝ, ਇਹ ਜਨਾਬ ਨਿਸ਼ਾਨ ਬਣਿਆ ਵਾ ਧੋਣ ਲੱਗਿਆ, ਇੱਥੋਂ ਧਿਆਨ ਰੱਖਣਾ ਕੋਈ ਖਚਕਾ ਨਾ ਬਣਾ ਛੱਡੇ, ਤਾਰਾਂ ਇਸ਼ਾਰਾਂ ਦਾ ਮਸਲਾ ਨਾ ਬਣ ਜਾਵੇ, ਅਤੇ ਜਣੇ ਨੂੰ ਗੱਡੀ ਬੰਦ ਕੀਤੀ ਆਵਾਜ਼ ਨਾ ਹੀ ਪਾਉਂਦੀ। ਇਹ ਏਸੀ ਦਾ ਫਿਲਟਰ, ਬਾਕੀ ਸੇਮ ਹੀ ਚੀਜ਼ਾਂ ਨੇ, ਸ਼ੇਪ ਤੁਸੀਂ ਵੇਖ ਲਈ ਹੈ, ਇਹ ਲੋਕ ਹੈ ਜਿਹੜਾ ਤੁਹਾਨੂੰ ਦੱਸਿਆ ਜੀ। ਇਹ ਜਨਾਬ ਓਵਰਆਲ ਤੁਸੀਂ ਗੱਡੀ ਇੱਕ ਵਾਰੀ ਦੁਬਾਰਾ ਨਜ਼ਰ ਮਾਰ ਲਓ, ਸੋਹਣੀ ਬਣਾਈ ਨਾ ਸੋਹਣੀ, ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ, ਦੀ ਪਸੰਦ ਆਏ ਤੁਹਾਨੂੰ ਦੱਸਿਆ ਵਾ 2014 ਮਾਡਲ ਹੈ, ਅਤੇ ਇਹ ਜਨਾਬ 1,10,000 ਵਿੱਚ ਹੋਈ ਹੈ, ਜਿਹਦਾ 60,000 ਡਾਊਨ ਪੇਮੈਂਟ ਹੋਈ ਹੈ 60,000, ਬਾਕੀ ਜਨਾਬ ਕਿਸ਼ਤ ਹੋਈ ਹੈ 5,000, 10,000 ਯਾਨੀ 60,000 ਡਾਊਨ ਪੇਮੈਂਟ ਹੋਈ ਹੈ 2014 ਮਾਡਲ ਦੀ।
ਠੀਕ ਹੈ ਤੁਸੀਂ ਉਹ ਹੀ ਤੁਹਾਨੂੰ ਮੈਂ ਸਾਰਾ ਵਿਊ ਆਇਆ ਗੱਡੀ ਦਾ। ਜੇ ਇਹ 14 ਮਾਡਲ ਤੁਹਾਡੀ ਰਿਨੋਲਟ ਲੈਣੀ ਹੈ ਨਾ, ਇਹ ਜਨਾਬ 60,000 ਜਾਂ 50,000 ਤੁਹਾਨੂੰ ਡਾਊਨ ਪੇਮੈਂਟ ਚਾਹੀਦੀ ਹੈ, ਬਾਕੀ ਪੈਸੇ ਕਿਸ਼ਤ ਤੁਸੀਂ 4,000 ਕਰ ਲਓ, 5,000 ਕਰ ਲਓ। ਇਹਦੇ ਵਿੱਚ ਜਨਾਬ ਤੁਹਾਨੂੰ ਇਹ 14 ਮਾਡਲ ਲਾਭ ਜਿਹੜੀ, ਕਿਉਂਕਿ ਇੱਥੇ ਅੱਜ ਕੱਲ੍ਹ ਦੁਬਈ ਵਿੱਚ ਮਾਡਲਾਂ ਦਾ ਹਿਸਾਬ ਗਿਣਿਆ ਜਾਂਦਾ, ਕਿਉਂਕਿ ਮਾਡਲ ਹਰ ਸਾਲ ਬੰਦ ਹੁੰਦਾ, ਇਸ ਵਜ੍ਹਾ ਨਾਲ ਆਪਣੇ ਮਾਡਲ ਉਤੋਂ ਆਵੇ, ਹਰ ਮਾਡਲ ਉਤੋਂ ਆਵੇ ਤੁਹਾਡੀ। ਠੀਕ ਹੈ, ਜੇ ਪਸੰਦ ਆਈ ਵੀਡੀਓ ਲਾਈਕ ਅਤੇ ਸ਼ੇਅਰ ਕਰ ਛੱਡਿਆ, ਨਵੀਂ ਵੀਡੀਓ ਬਣਾ ਦੇ ਕੋਈ ਗੱਡੀ ਐਸੀ ਲੱਭੀ, ਬਾਕੀ ਵਲੋਗ ਤਾਂ ਰੋਜ਼ ਹੀ ਸ਼ੂਟ ਹੋ ਰਹੇ ਨੇ ਲੇਕਿਨ ਗੱਡੀਆਂ ਦੇ ਵਿੱਚ ਵੀਡੀਓ ਬਣਾਉਂਦੇ ਰਹਾਂ ਕਰਾਂ, ਅਤੇ ਜਿਹੜੀ ਗੱਡੀ ਸਾਨੂੰ ਅੱਛੀ ਲੱਗੀ ਉਸ ਗੱਡੀ ਦੀ ਵੀਡੀਓ ਇਨਸ਼ਾਅੱਲਾ ਲਾਜ਼ਮੀ ਬਣਾ ਕਰਾਂਗੇ। ਠੀਕ ਹੈ, ਅਤੇ ਮਿਲਦੇ ਹਾਂ ਨਵੀਂ ਵੀਡੀਓ ਲੈ ਕੇ, ਉਸ ਵੇਲੇ ਜਨਾਬ ਅੱਲਾਹ ਦੇ ਵਾਲੇ ਸਦੇ ਰਹੋ, ਵਸਦੇ ਰਹੋ, ਪਾਕਿਸਤਾਨ ਜ਼ਿੰਦਾਬਾਦ।